ਸਿੱਧੂ ਮੂਸੇਵਾਲੇ ਦੇ ਪਿਤਾ ਨੇ ਅੱਜ ਸਵਾਲ ਚੁੱਕੇ ਹਨ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਸਾਹਮਣੇ ਇੱਕ ਕੋਠੀ ਹੈ ਜਿਸ ਮੁੰਡੇ ਦੀ ਉਹ ਕੋਠੀ ਹੈ ਉਹ ਆਪ ਚੰਡੀਗੜ੍ਹ ਰਹਿੰਦਾ ਹੈ ਪਰ ਉਸ ਨੇ ਇੱਥੇ ਆਪਣੀ ਕੋਠੀ ਦੇ ਬਾਹਰ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ ਉਸ ਨੇ ਕੋਠੀ ਦੇ ਬਾਹਰ ਤਿੰਨ ਕੈਮਰੇ ਲਗਵਾਏ ਹਨ ਜਦਕਿ ਆਪਾਂ ਆਮ ਦੇਖਦੇ ਹਾਂ ਕਿ ਲੋਕਾਂ ਦੇ ਘਰਾਂ ਦੇ ਬਾਹਰ ਸਿਰਫ ਇੱਕ ਕੈਮਰਾ ਲੱਗਾ ਹੁੰਦਾ ਹੈ ਪਰ ਇਸ ਦੀ ਕੋਠੀ ਦੇ ਬਾਹਰ ਤਿੰਨ ਕੈਮਰੇ ਲੱਗੇ ਹੋਏ ਹਨ ਤੇ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਤਿੰਨਾਂ ਕੈਮਰਿਆਂ ਦਾ ਐਂਗਲ ਸਿੱਧੂ ਮੂਸੇਵਾਲੇ ਦੇ ਘਰ ਵੱਲ ਨੂੰ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਸਿੱਧੂ ਦੀ ਰੇਕੀ ਕੇਕੜੇ ਨੇ ਨਹੀਂ ਕੀਤੀ ਉਹ ਤਾਂ ਸਿਰਫ ਇੱਕ ਮੋਹਰਾ ਸੀ ਸਗੋਂ ਇਹਨਾਂ ਸੀਸੀਟੀਵੀ ਕੈਮਰਿਆਂ ਨਾਲ ਉਸਦੇ ਪੁੱਤ ਸਿੱਧੂ ਦੀ ਰੇਕੀ ਕੀਤੀ ਗਈ ਹੈ ਤੇ ਸਿੱਧੂ ਮੂਸੇਵਾਲੇ ਦੇ ਆਉਣ ਜਾਣ ਤੇ ਨਿਗਰਾਨੀ ਰੱਖੀ ਗਈ ਇਸੇ ਮੁੰਡੇ ਨੇ ਸਿੱਧੂ ਮੂਸੇਵਾਲੇ ਦੇ ਕਰੀਬ 47 ਗਾਣੇ ਲੀਕ ਕਰਨ ਦਾ ਇਲਜ਼ਾਮ ਲੱਗਾ ਹੋਇਆ ਹੈ ਇਹਨਾਂ ਗਾਣਿਆਂ ਦੇ ਇੰਨਾ ਗਾਣਿਆਂ ਨੂੰ ਲੈ ਕੇ ਵੀ ਹਜੇ ਰੌਲਾ ਚੱਲ ਰਿਹਾ ਸੀਗਾ ਇਸ ਕੋਠੀ ਵਾਲੇ ਮੁੰਡੇ ਤੇ ਮੂਸੇਵਾਲੇ ਦੇ ਵਿਚਕਾਰ ਮੂਸੇਵਾਲੇ ਦੇ ਪਿਤਾ ਨੇ ਇੱਕ ਹੋਰ ਗੱਲ ਕਲੀਅਰ ਕੀਤੀ ਹੈ ਕਿ ਮੂਸੇਵਾਲੇ ਨੇ ਕਿਸੇ ਨਾਲ ਵੀ ਕੋਈ ਵੀ ਕੰਟਰੈਕਟ ਸਾਈਨ ਨਹੀਂ ਕੀਤਾ ਸੀ ਪਰ ਜੋ ਖਬਰਾਂ ਨਿਕਲ ਕੇ ਹੁਣ ਸਾਹਮਣੇ ਆ ਰਹੀਆਂ ਹਨ ਉਹਨਾਂ ਅਨੁਸਾਰ ਸਿੱਧੂ ਮੂਸੇਵਾਲੇ ਨੇ ਆਪਣੇ ਕੋਈ ਦੋਸਤਾਂ ਨੂੰ ਪਾਵਰ ਆਫ ਟਰਨੀ ਦਿੱਤੀ ਸੀ ਕਿ ਉਸਦੇ ਦੋਸਤ ਮੂਸੇਵਾਲੇ ਦੇ ਬਿਹਾਫ ਤੇ ਉੱਪਰ ਕਿਸੇ ਵੀ ਕੰਪਨੀ ਨਾਲ ਕੰਟਰੈਕਟ ਕਰ ਸਕਦੇ ਹਨ ਤੇ ਇਹ ਪਾਵਰ ਆਫ ਅਟਾਰਨੀ 2026 ਤੱਕ ਦਿੱਤੀ ਗਈ ਸੀ ਪਰ ਮੂਸੇ ਵਾਲੇ ਦੇ ਪਿਤਾ ਨੇ ਇਸ ਤੇ ਸਵਾਲ ਚੁੱਕੇ ਹਨ ਕਿ ਕੋਈ ਇੰਨੀ ਲੰਬੀ ਪਾਵਰ ਆਫ ਅਟਾਰਨੀ ਕਿਵੇਂ ਦੇ ਸਕਦਾ ਹੈ ਤੇ ਦੂਜੀ ਗੱਲ ਜੇ ਸਿੱਧੂ ਮੂਸੇਵਾਲੇ ਨੇ ਪਾਵਰ ਆਫ ਅਟਾਰਨੀ ਵੀ ਦਿੱਤੀ ਵੀ ਹੁੰਦੀ ਆਪਣੇ ਦੋਸਤਾਂ ਨੂੰ ਤਾਂ ਉਹ ਇਹ ਗੱਲ ਮੇਰੇ ਨਾਲ ਜ਼ਰੂਰ ਸ਼ੇਅਰ ਕਰਦਾ ਕਿਉਂਕਿ ਸਿੱਧੂ ਮੂਸੇਵਾਲਾ ਜੋ ਵੀ ਕੰਟਰੈਕਟ ਸਾਈਨ ਕਰਦਾ ਸੀ ਉਹ ਮੇਰੇ ਨਾਲ ਉਹ ਗੱਲ ਸ਼ੇਅਰ ਜ਼ਰੂਰ ਕਰਦਾ ਸੀ ਦੂਜੀ ਗੱਲ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਮੂਸੇਵਾਲੇ ਦੇ ਕਰੀਬ ਕਰੀਬੀ ਦੋਸਤ ਜੀਵਨ ਅਤੇ ਕਬਰ ਨੇ ਵੀ ਉਸ ਨਾਲ ਦਗਾ ਕੀਤਾ ਹੈ ਜਦੋਂ ਮੂਸੇਵਾਲੇ ਦੇ 19 ਸ਼ੋਅ ਲਗਾਏ ਗਏ ਸਨ ਤਾਂ ਇਹ ਦੋਵੇਂ ਦੋਸਤ ਉਸ ਦਾ ਸਾਰਾ ਕੰਮ ਕਰ ਦੇਖ ਰਹੇ ਸੀ ਇਹਨਾਂ ਸ਼ੋਅਜ਼ ਤੋਂ 95 ਲੱਖ ਰੁਪਈਆ ਮਿਲਣਾ ਸੀ ਪਰ ਹਿਸਾਬ ਕਰਨ ਸਮੇਂ ਉਹਨਾਂ ਨੇ ਮੂਸੇਵਾਲੇ ਨੂੰ ਸਿਰਫ 19 ਲੱਖ ਰੁਪਈਆ ਹੀ ਦਿੱਤਾ ਇਹ ਰੌਲਾ ਵੀ ਹਜੇ ਇਹਨਾਂ ਦੋਸਤਾਂ ਤੇ ਸਿੱਧੂ ਮੂਸੇਵਾਲੇ ਦੇ ਵਿਚਕਾਰ ਚੱਲ ਰਿਹਾ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਦੀ ਵੀ ਜਾਂਚ ਦੀ ਮੰਗ ਕੀਤੀ ਹੈ ਸੇਦੂ ਮੂਸੇ ਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ 4 ਸਾਲ ਪਹਿਲਾਂ ਕੈਨੇਡਾ ਦੇ ਇੱਕ ਸ਼ੋਅ ਦੌਰਾਨ ਇੱਕ ਨੌਜਵਾਨ ਮੂਸੇ ਵਾਲੇ ਨੂੰ ਮਿਲਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਬਿਜ਼ੀ ਹੋਣ ਕਰਕੇ ਮੂਸੇ ਵਾਲਾ ਉਸ ਨੌਜਵਾਨ ਨੂੰ ਨਹੀਂ ਮਿਲ ਸਕਿਆ ਤਾਂ ਉਸ ਨੌਜਵਾਨ ਨੇ ਮੂਸੇ ਵਾਲੇ ਦੇ ਪਿੰਡ ਵਿੱਚੋਂ ਮੂਸੇ ਵਾਲੇ ਦੀ ਮਾਤਾ ਦਾ ਨੰਬਰ ਲੱਭ ਕੇ ਮੂਸੇ ਵਾਲੇ ਦੀ ਮਾਤਾ ਨਾਲ ਗੱਲ ਕੀਤੀ ਤੇ ਮੂਸੇ ਵਾਲੇ ਦੀ ਮਾਤਾ ਨੂੰ ਦੱਸਿਆ ਕਿ ਕੈਨੇਡਾ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਮਗਰ ਕੁਝ ਬੰਦੇ ਲੱਗੇ ਹੋਏ ਹਨ ਤਾਂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ 4 ਸਾਲ ਪਹਿਲਾਂ ਤੋਂ ਹੀ ਇਹ ਸਭ ਕੁਝ ਚੱਲ ਰਿਹਾ ਸੀ ਉਸ ਪਿੱਛੇ ਸਾਜ਼ਿਸ਼ ਚੱਲ ਰਹੀ ਸੀ ਲੰਬੇ ਸਮੇਂ ਤੋਂ ਕਿ ਮੂਸੇਵਾਲੇ ਨੂੰ ਕਿਸ ਤਰ੍ਹਾਂ ਮਾਰਨਾ ਹੈ ਵੈਸੇ ਹੁਣ ਜੇ ਦੇਖਿਆ ਜਾਵੇ ਤਾਂ ਆਪਾਂ ਸਭ ਨੂੰ ਪਤਾ ਹੈ ਕਿ ਮੂਸੇਵਾਲਾ ਆਪਣੇ ਮਾਤਾ-ਪਿਤਾ ਦੇ ਬਹੁਤ ਜ਼ਿਆਦਾ ਕਰੀਬ ਸੀ ਉਹਨੇ ਆਪਣੇ ਮਾਤਾ-ਪਿਤਾ ਨੂੰ ਸਭ ਕੁਝ ਦੱਸਿਆ ਹੋਇਆ ਸੀ ਤੇ ਦੱਸਦਾ ਵੀ ਰਹਿੰਦਾ ਸੀ ਇਸ ਕਰਕੇ ਮੂਸੇਵਾਲੇ ਦੇ ਪਿਤਾ ਦੇ ਇਨ੍ਹਾਂ ਬਿਆਨਾਂ ਵਿੱਚ ਕਾਫੀ ਕੁਝ ਹੈਗਾ ਤੇ ਇਨ੍ਹਾਂ ਨੂੰ ਐਮ ਵੀ ਮੰਨਿਆ ਜਾ ਸਕਦਾ ਹੈ ਇੰਨਾਂ ਸਾਰੀਆਂ ਗੱਲਾਂ ਬਾਰੇ ਵੀ ਪੁਲਿਸ ਦੀ ਜਾਂਚ ਹੋਣੀ ਚਾਹੀਦੀ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਧੰਨਵਾਦ